ਜੀ ਚਾਹਨਾ ਤੇ ਇੱਕ ਵਾਰ ਫੇਰ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਅਸੀਂ ਹਾਜ਼ਰ ਹੋਏ ਆਂ ਔਰ ਖਾਸ ਤੌਰ ਤੇ ਜੇਕਰ ਤੁਸੀਂ ਇਹਨਾਂ ਛੁੱਟੀਆਂ ਦੇ ਵਿੱਚ ਕਿਸੇ ਰਮਣੀਕ ਥਾਂ ਤੇ ਜਾਣ ਦਾ ਪ੍ਰੋਗਰਾਮ ਬਣਾਇਆ ਹੈ ਤਾਂ ਇਸ ਅਪਲੋਡ ਨੂੰ ਜ਼ਰੂਰ ਦੇਖ ਲਓ ਤੇ ਖਾਸ ਤੌਰ ਤੇ ਇਸ ਵੇਲੇ ਦੀ ਵਰਤਮਾਨ ਪੋਜੀਸ਼ਨ ਕੀ ਹੈ ਟੈਂਪਰੇਚਰ ਦੀ ਉਸ ਤੋਂ ਅੰਦਾਜ਼ਾ ਤੁਹਾਨੂੰ ਲੱਗ ਜਾਏਗਾ ਪਰ ਉਸ ਤੋਂ ਪਹਿਲਾਂ ਅਸੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਅੱਜ ਦਾ ਤਾਪਮਾਨ ਜੋ ਹੈ ਉਸ ਦੀ ਵੀ ਚਰਚਾ ਕਰਾਂਗੇ ਜੇਕਰ ਅੱਜ ਅਸੀਂ ਗੱਲ ਕਰੀਏ ਫਗਵਾੜਾ ਦੇ ਵਿੱਚ ਅੱਜ 42 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਸੂਰਿਆ ਤੇ ਟੈਂਪਰੇਚਰ ਕਾਫੀ ਘੰਟਿਆਂ ਤੋਂ ਜੋ ਬਰਕਰਾਰ ਹੈ ਇਸ ਤੋਂ ਇਲਾਵਾ ਜੇ ਜਲੰਧਰ ਕਪੂਰਥਲਾ ਬਠਿੰਡਾ ਲੁਧਿਆਣਾ ਗੁਰਦਾਸਪੁਰ ਅਤੇ ਫਿਰੋਜ਼ਪੁਰ ਦੀ ਗੱਲ ਕਰੀਏ ਤੇ ਉਸ ਵਿੱਚ ਵੀ ਟੈਂਪਰੇਚਰ ਦੇ ਵਿੱਚ ਬਿਲਕੁਲ ਵਾਧਾ ਘਾਟਾ ਨਜ਼ਰ ਨਹੀਂ ਆ ਰਿਹਾ 42 ਡਿਗਰੀ ਤੇ ਟੈਂਪਰੇਚਰ ਟਿਕਿਆ ਹੋਇਆ ਹੈ ਇਸ ਤੋਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਇਸ ਵਾਰ ਪੂਰੀ ਗਰਮੀ ਪੈ ਰਹੀ ਹੈ ਤੇ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤੇ 1 ਡਿਗਰੀ ਸੈਂਟੀਗ੍ਰੇਡ ਦਾ ਉਸ ਵਿੱਚ ਗਿਰਾਵਟ ਹੈ 48 ਡਿਗਰੀ ਸੈਂਟੀਗ੍ਰੇਡ ਹੈ ਅੰਮ੍ਰਿਤਸਰ ਦਾ ਟੈਂਪਰੇਚਰ ਤੇ ਬਟਾਲਾ ਦਾ ਟੈਂਪਰੇਚਰ ਵੀ 48 ਡਿਗਰੀ ਹੈ ਪਰ ਹੁਣ ਅਸੀਂ ਗੱਲ ਕਰਦੇ ਹਾਂ ਉਹਨਾਂ ਰਮਨੀਕ ਥਾਵਾਂ ਦੀ ਜੋ ਖਾਸ ਤੌਰ ਤੇ ਭਾਰਤ ਦੇ ਬਹੁਤ ਸਾਰੇ ਲੋਕਾਂ ਦੀ ਪਹਿਲੀ ਪਸੰਦ ਬੰਦੇ ਨੇ ਤੇ ਜੇਕਰ ਅਸੀਂ ਗੱਲ ਕਰੀਏ ਆਪਣੇ ਪੁਰਾਣੇ ਅਪਲੋਡ ਦੇ ਵਿੱਚ ਵੀ ਅਸੀਂ ਦੱਸਿਆ ਸੀ ਕਿ ਮਨਾਲੀ ਸਭ ਤੋਂ ਠੰਡਾ ਜਾ ਰਿਹਾ ਹੈ ਜੀ ਹਾਂ ਪਿਛਲੇ 20 ਦਿਨਾਂ ਦੇ ਵਿੱਚ ਮਨਾਲੀ ਨੇ ਠੰਡਕ ਦੇ ਮਾਮਲੇ ਵਿੱਚ ਆਪਣੀ ਬਾਦਸ਼ਾਹਤ ਨੂੰ ਕਾਇਮ ਕੀਤਾ ਹੈ ਤੇ ਅੱਜ ਜੇਕਰ ਸਵੇਰ ਦੇ ਟੈਂਪਰੇਚਰ ਦੀ ਗੱਲ ਕਰੀਏ ਤੇ ਮਨਾਲੀ ਦੇ ਵਿੱਚ 21 ਡਿਗਰੀ ਟੈਂਪਰੇਚਰ ਸੀ ਜੋ ਕਿ ਸਾਰੇ ਹੀ ਹਿਲ ਸਟੇਸ਼ਨਾਂ ਵਿੱਚ ਸਭ ਤੋਂ ਘੱਟ ਟੈਂਪਰੇਚਰ ਗਿਣਿਆ ਗਿਆ ਹੈ ਜੇਕਰ ਤੁਸੀਂ ਮਨਾਲੀ ਜਾਣਾ ਚਾਹੁੰਦੇ ਹੋ ਤੇ ਇੱਕ ਖਾਸ ਚੀਜ਼ ਦਾ ਖਿਆਲ ਰੱਖਣਾ ਪਵੇਗਾ ਕਿ ਕਿਸ ਵੇਲੇ ਉੱਥੇ ਜਾਇਆ ਜਾਵੇ ਜੇਕਰ ਤੁਸੀਂ ਸ਼ਾਮ ਨੂੰ 5 6 ਵਜੇ ਮਨਾਲੀ ਪਹੁੰਚਦੇ ਹੋ ਤਾਂ ਤੁਹਾਨੂੰ ਕਾਫੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਸਭ ਤੋਂ ਵੱਡੀ ਮੁਸ਼ਕਲ ਹੋ ਸਕਦੀ ਹੈ ਰਾਤ ਦੇ ਠਹਿਰਾ ਦੀ ਹੋਟਲ ਦੀ ਕਿਉਂਕਿ ਉਸ ਵੇਲੇ ਪੀਕ ਸੈਸ਼ਨ ਦੇ ਵਿੱਚ ਤੁਹਾਨੂੰ ਹੋਟਲ ਬੇਹਦ ਮਹਿੰਗੇ ਮਿਲ ਸਕਦੇ ਨੇ ਅਤੇ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਹੋਟਲ ਲੱਭਣ ਦੇ ਵਿੱਚ ਵੀ ਮੁਸ਼ਕਲ ਕਰਨੀ ਪਵੇ ਅਤੇ ਜੇਕਰ ਅੱਜ ਡਲਹੋਜ਼ੀ ਦੀ ਗੱਲ ਕਰੀਏ ਡਲਹੋਜ਼ੀ ਅਤੇ Shimla ਦੇ ਵਿੱਚ ਜੋ ਟੈਂਪਰੇਚਰ ਹੈ ਉਹ 26 ਡਿਗਰੀ ਰਿਹਾ ਹੈ ਅਤੇ ਖਾਸ ਤੌਰ ਤੇ ਆਪਣੇ ਉਹਨਾਂ ਦਰਸ਼ਕਾਂ ਨੂੰ ਜਿਹੜੇ Shimla ਜਾਣ ਦੇ ਚਾਹਵਾਨ ਆ ਤੇ ਉਹਨਾਂ ਨੂੰ ਇੱਕ ਚੀਜ਼ ਅਸੀਂ ਜ਼ਰੂਰ ਦੱਸਣਾ ਚਾਹਾਂਗੇ ਕਿ ਵੱਡੀ ਪਾਰਕਿੰਗ ਸਮੱਸਿਆ ਦੇ ਨਾਲ ਨਾਲ ਲੰਬੀਆਂ ਜੋ ਲਾਈਨਾਂ ਹੈ ਉਹ ਵੀ ਟ੍ਰੈਫਿਕ ਦੀਆਂ ਲੱਗੀਆਂ ਹੋਈਆਂ ਨੇ ਤੇ ਜੇਕਰ ਤੁਸੀਂ Shimla ਦੇ ਅੰਦਰ ਐਂਟਰ ਕਰਨਾ ਚਾਹੋਗੇ ਤੇ ਖਾਸ ਤੌਰ ਤੇ ਤੁਹਾਨੂੰ 2 ਤੋਂ 2.5 ਘੰਟੇ ਅਤੇ 3 ਘੰਟੇ ਦਾ ਵੀ ਲੱਗ ਸਕਦਾ ਹੈ ਸਮਾਂ ਤੇ ਜੇਕਰ ਤੁਸੀਂ ਅ ਅੰਦਰ ਜਾ ਕੇ ਪਾਰਕਿੰਗ ਲੈਣਾ ਚਾਹੋ ਤਾਂ ਜੋ ਸਰਵਜਾਨਿਕ ਪਾਰਕਿੰਗ ਹੈ ਉਹ ਸ਼ਾਇਦ ਉਸ ਕਾਫੀ ਔਖੀ ਮਿਲੇਗੀ ਅਤੇ ਜੇਕਰ ਪ੍ਰਾਈਵੇਟ ਪਾਰਕਿੰਗ ਦੀ ਗੱਲ ਕਰੀਏ ਤੇ ਰਾਤ ਦੇ ਠਹਿਰਾ ਲਈ 300 ਤੋਂ 500 ਰੁਪਏ ਪਰ ਪ੍ਰਤੀ ਜੋ ਐਸਵੇਲੇ ਰੇਟ ਸ਼ਿਮਲਾ ਵਿੱਚ ਚੱਲ ਰਿਹਾ ਹੈ ਤੇ ਹੋਟਲਾਂ ਦੀ ਗੱਲ ਕਰੀਏ ਸਮੁੱਚੇ ਤੌਰ ਤੇ ਜੇ ਗੱਲ ਕਰੀਏ ਸਾਰੇ ਰਮਨੀਕ ਥਾਵਾਂ ਤੇ ਹੋਟਲ ਜੋ ਹੈ ਉਹ ਕਾਫੀ ਮਹਿੰਗੇ ਹੋ ਰਹੇ ਨੇ ਆਫ ਸੀਜ਼ਨ ਵਿੱਚ ਜੋ 2000 ਦਾ ਕਮਰਾ ਮਿਲਦਾ ਸੀ ਅੱਜ ਉਹ 6000 ਤੋਂ ਲੈ ਕੇ 8000 ਤੱਕ ਪ੍ਰਤੀ ਕਮਰਾ ਜੋ ਹੈ ਮਿਲ ਰਿਹਾ ਹੈ ਅੱਗੇ ਚੱਲਦੇ ਹਾਂ ਪਰਬਤਾਂ ਦੀ ਰਾਣੀ ਮਨਸੂਰੀ ਦੀ ਗੱਲ ਕਰਦੀ ਹੈ ਮਨਸੂਰੀ ਹਾਲਾਂਕਿ 6.5 ਫਿਟ ਤੋਂ ਉੱਪਰ ਦੀ ਦੂਰੀ ਤੇ ਤਹ ਜੋ ਸਥਿਤ ਹੈ ਪਰ ਉੱਥੇ ਵੀ ਟੈਂਪਰੇਚਰ ਵਿੱਚ ਬਹੁਤ ਹੀ ਜਿਆਦਾ ਗਿਰਾਵਟ ਨਹੀਂ ਆਈ ਤੇ ਜੇ ਅੱਜ ਦੀ ਗੱਲ ਕਰੀਏ ਤੇ 28 ਡਿਗਰੀ ਦਾ ਟੈਂਪਰੇਚਰ ਮਨਸੂਰੀ ਦਾ ਰਿਹਾ ਹੈ ਤੇ ਇਸ ਦੇ ਨਾਲ ਹੀ ਖਜ਼ਾਰ ਜਿਸ ਨੂੰ ਕਿ ਇਕੱਠਵਾਂ ਜੂਬਾ ਵੀ ਕਿਹਾ ਜਾਂਦਾ ਹੈ ਜੇ ਆਪਣੇ ਭਾਰਤ ਦੀ ਗੱਲ ਕਰੀਏ ਤੇ ਉਸ ਵਿੱਚ 27 ਡਿਗਰੀ ਯਾਨੀ 27 ਡਿਗਰੀ ਟੈਂਪਰੇਚਰ ਜੋ ਖਜ਼ਾਰ ਹੈ ਉਹ ਅੱਜ ਦਾ ਹੋਇਆ ਹੈ ਅ ਇਸ ਤੋਂ ਇਲਾਵਾ ਜੇਕਰ ਪੰਜਾਬ ਦੇ ਲੋਕਾਂ ਲਈ ਜੋ ਬਹੁਤ ਘੱਟ ਸਮੇਂ ਦੇ ਵਿੱਚ ਤੈਅ ਕਰਨ ਵਾਲਾ ਜੋ ਡੈਸਟੀਨੇਸ਼ਨ ਹੈ ਉਹ ਧਰਮਸ਼ਾਲਾ ਜਿਸ ਵਿੱਚ ਟੈਂਪਰੇਚਰ ਅੱਜ ਦਾ ਹੈ 30 ਡਿਗਰੀ ਤੇ ਇਸ ਦੇ ਨਾਲ ਹੀ ਪਾਲਨਪੁਰ ਦੇ ਵਿੱਚ 32 ਡਿਗਰੀ ਜੇਕਰ ਤੁਸੀਂ ਅ ਮਨਸੂਰੀ ਤੋਂ ਬਾਅਦ ਹਰਦਵਾਰ ਤੋਂ ਬਾਅਦ ਨੈਨੀਤਾਲ ਜਾਣਾ ਚਾਹੁੰਦੇ ਹੋ ਤੇ ਉੱਥੇ ਤੁਹਾਨੂੰ 28 ਡਿਗਰੀ ਟੈਂਪਰੇਚਰ ਮਿਲੇਗਾ ਤੇ ਜੇਕਰ ਕਸੌਲੀ ਜਾਣਾ ਚਾਹੁੰਦੇ ਹੋ ਤੇ ਕਸੌਲੀ ਦਾ ਅੱਜ ਦਾ ਟੈਂਪਰੇਚਰ ਹੈ 31 ਡਿਗਰੀ ਪਰ ਇਸ ਵਿੱਚ ਖਾਸ ਗੱਲ ਇਹ ਹੈ ਕਿ ਆਪਣੇ ਪੁਰਾਣੇ ਅਪਲੋਡ ਵਿੱਚ ਅਸੀਂ ਦੱਸਿਆ ਸੀ ਕਿ ਟੈਂਪਰੇਚਰ ਦੇ ਵਿੱਚ ਰਾਤ ਵੇਲੇ ਜੋ 6 ਤੋਂ 10 ਡਿਗਰੀ ਦਾ ਫਰਕ ਹੁੰਦਾ ਸੀ ਪਰ ਹੁਣ ਇਹ ਫਰਕ ਘਟ ਗਿਆ ਹੈ ਗਰਮੀ ਕਾਫੀ ਰੁੱਤ ਜੋ ਹੈ ਉਹ ਜਿਆਦਾ ਗਰਮੀ ਹੋਣ ਕਰਕੇ ਜੇਕਰ ਤੁਸੀਂ ਇਹਨਾਂ ਰਮਨੀਕ ਥਾਵਾਂ ਤੇ ਜਾਂਦੇ ਹੋ ਤੇ ਰਾਤ ਨੂੰ ਤੁਹਾਨੂੰ ਸਿਰਫ 10 ਤੋਂ ਲੈ ਕੇ 6 ਡਿਗਰੀ ਟੈਂਪਰੇਚਰ ਦੀ ਗ੍ਰਾਵਿਟੀ ਮਿਲੇਗੀ ਮਸਲਨ ਜੇ ਤੁਸੀਂ ਮਨਾਲੀ ਜਾ ਰਹੇ ਹੋ 21 ਡਿਗਰੀ ਸੈਂਟੀਗ੍ਰੇਡ ਜੋ ਟੈਂਪਰੇਚਰ ਹੈ ਉਹ ਰਾਤ ਦੇ 11-12 ਵਜੇ ਉਹ 16 17 ਡਿਗਰੀ ਟੈਂਪਰੇਚਰ ਜੋ ਹੋਏਗਾ ਖਾਸ ਤੌਰ ਤੇ ਅਸੀਂ ਉਹਨਾਂ ਦਸ਼ਕਾ ਨੂੰ ਜੋ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਜੇਕਰ ਉਹ ਇਹਨਾਂ ਸਥਾਨਾਂ ਤੇ ਜਾਣਾ ਚਾਹੁੰਦੇ ਨੇ ਤੇ ਆਨਲਾਈਨ ਬੁਕਿੰਗ ਕਰਵਾ ਕੇ ਜਾਣ ਤੇ ਜੇਕਰ ਉਹ ਫਿਰ ਆਨਲਾਈਨ ਬੁਕਿੰਗ ਦੇ ਵਿੱਚ ਉਹਨਾਂ ਨੂੰ ਕੋਈ ਮੁਸ਼ਕਲ ਆਂਦੀ ਹੈ ਉਹ ਨਹੀਂ ਕਰਾ ਸਕੇ ਤੇ ਫਿਰ ਜੋ ਸਾਨੂੰ ਲੱਗਦਾ ਹੈ ਕਿ ਚੈੱਕ ਆਊਟ ਟਾਈਮ ਜੋ ਹੁੰਦਾ ਹੈ 12 ਵਜੇ ਦੁਪਹਿਰ ਦਾ ਉਸ ਤੋਂ ਪਹਿਲਾਂ ਤੁਸੀਂ ਜੇ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਜਉ ਤਾਂ ਤੁਹਾਨੂੰ ਹੋਟਲ ਜੋ ਕਮਰਾ ਹੈ ਉਸ ਤੇ ਮਿਲਣ ਦੀਆਂ ਸੰਭਾਵਨਾ ਵੱਧ ਜਾਂਦੀਆਂ ਨੇ ਮਸਲਨ ਜੇ ਤੁਸੀਂ ਕਿਸੇ ਵੀ ਅਜਿਹੇ ਪਿਕਨਿਕ ਸਪੌਟ ਤੇ 10 ਤੋਂ ਲੈ ਕੇ 12 ਵਜੇ ਦੇ ਵਿੱਚ ਪਹੁੰਚਦੇ ਹੋ ਸਵੇਰ ਦੁਪਹਿਰ ਵੇਲੇ ਤੇ ਤੁਹਾਨੂੰ ਕਮਰਾ ਜੋ ਹੈ ਮਿਲ ਸਕਦਾ ਹੈ ਪਰ ਜੇਕਰ ਤੁਸੀਂ 7 ਤੋਂ 8 ਵਜੇ 6 ਤੋਂ 8 ਵਜੇ ਸ਼ਾਮ ਨੂੰ ਪਹੁੰਚਦੇ ਹੋ ਤਾਂ ਤੁਸੀਂ ਵੱਡੀਆਂ ਮੁਸ਼ਕਲਾਂ ਵਿੱਚ ਫਸ ਸਕਦੇ ਉਹ ਤੋਂ ਇਹ ਤਾਜ਼ਾ ਅਪਡੇਟ ਸੀ ਸਾਡੀ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਮੌਸਮ ਖੁਸ਼ਗਵਾਰ ਹੋਏਗਾ ਤੇ ਜੋ ਲੋਕ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਦੀ ਖੁਆਇਸ਼ ਪੂਰੀ ਹੋਏਗੀ ਤੇ ਟੈਂਪਰੇਚਰ ਦੇ ਵਿੱਚ ਗਿਰਾਵਟ ਆਣ ਦੇ ਨਾਲ ਨਾਲ ਇਹਨਾਂ ਰਮਣੀਕ ਥਾਵਾਂ ਤੇ ਘੁੰਮਣ ਦਾ ਜੋ क्रेਜ਼ ਹੈ ਉਹ ਵੀ ਵਧੇਗਾ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਕੈਮਰਾਮੈਨ ਰਕੇਸ਼ ਨਾਲ ਦੀ ਫਗਵਾੜਾ ਹੈਡਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ